ਗੁਰਦੀਪ ਸਿੰਘ। ਠੀਕ ਹੈ। ਆਪਣੇ ਡੈਡੀ ਦਾ ਨਾਂ ਜੀ? ਮਾਤ ਸਿੰਘ। ਠੀਕ ਹੈ ਜੀ। ਪਿੰਡ ਕਿਹੜਾ ਪੈ ਜਾਂਦਾ ਜੀ? ਬਾਦਸ਼ਾਹਪੁਰ ਜੀ। ਠੀਕ ਹੈ ਜੀ। ਬਾਕੀ ਜ਼ਿਲ੍ਹਾ ਜੀ? ਜ਼ਿਲ੍ਹਾ ਸਿੰਘ। ਠੀਕ ਹੈ। ਜਿਹੜਾ ਤੁਹਾਡੇ ਹੱਥ ਦੇ ਵਿੱਚ ਆਰਟੀ ਪ੍ਰੋਡਕਟ ਹੈ, ਇਹ ਕਿਹੜੀ ਫਸਲ ਦੇ ਵਿੱਚ ਲਿਆ ਜੀ ਰਿਜ਼ਲਟ? ਆਪਾਂ ਨੇ ਜੀਰੀ 'ਚ ਲਿਆ ਜੀ। ਝੋਨੇ 'ਤੇ ਜੀ? ਹਾਂ ਜੀ। ਝੋਨੇ 'ਤੇ ਤੁਹਾਨੂੰ ਕੀ ਰਿਜ਼ਲਟ ਮਿਲਿਆ ਜੀ? ਰਿਜ਼ਲਟ ਬਹੁਤ ਵਧੀਆ ਦਿੱਤਾ ਜੀ। ਠੀਕ ਹੈ ਜੀ। ਬਾਕੀ ਇਹਦੇ ਨਾਲ ਜਿਵੇਂ ਆਪਾਂ ਕੋਈ ਕੈਮੀਕਲ ਖਾਦਾਂਗੇ ਘਟਾ ਦਿੰਦੇ ਹਾਂ, ਵੀ ਜਿਵੇਂ ਪਹਿਲੇ ਸਾਲ ਤੁਸੀਂ DAP ਪਾਉਂਦੇ ਸੀ, ਐਤਕੀ ਕੁਛ ਪਾਇਆ ਕਿ ਨਹੀਂ ਜੀ? ਨਹੀਂ ਜੀ, ਐਤਕੀ ਕੁਛ ਬਿਲਕੁਲ ਹੀ ਨਹੀਂ ਪਾਇਆ। ਨਹੀਂ। ਅਤੇ ਕੁਛ ਯੂਰੀਆ ਦੀ ਵੀ ਕੱਟ ਕੀਤੀ? ਹਾਂ ਹਾਂ। ਠੀਕ ਹੈ ਜੀ। ਅਤੇ ਤੁਹਾਨੂੰ ਮਤਲਬ ਜਿਹੜਾ ਆਪਣਾ ਕੈਮੀਕਲ ਤੁਸੀਂ ਘਟਾ ਕੇ, ਇਹਦਾ ਕੋਈ ਤੁਹਾਨੂੰ ਫਰਕ ਤਾਂ ਨਹੀਂ ਲੱਗ ਰਿਹਾ ਵੀ ਕੋਈ ਝੋਨੇ ਦੇ ਵਿੱਚ ਆਪਣੀ ਘਾਟ ਹੈ ਜਾਂ ਕੋਈ ਹੋਰ? ਕੋਈ ਘਾਟ ਨਹੀਂ, ਪੂਰੀ ਸੰਤੁਸ਼ਟੀ ਹੈ ਜੀ? ਪੂਰਾ ਵਧੀਆ ਖੜ ਜਮਾ ਵਧੀਆ। ਬਾਕੀ ਬੂਝਾ ਵਾਝਾ ਕਿਵੇਂ? ਬੂਝਾ ਪੂਰਾ ਜੀ। ਠੀਕ ਹੈ ਜੀ। ਜਿਵੇਂ ਅੱਗੇ ਤੁਸੀਂ ਬਾਇਓ ਪਾ ਦਿੰਦੇ ਜਾਂ ਕੋਈ ਹੋਰ ਆ, ਕੋਈ ਬਾਇਓ ਬੂਏ ਪਾਈ ਜੀ? ਨਹੀਂ, ਬਾਇਓ ਨਹੀਂ ਪਾਈ। ਕੁਛ ਨਹੀਂ ਪਾਇਆ? ਨਾ ਜੀ ਨਾ। ਠੀਕ ਹੈ ਜੀ। ਬਾਕੀ ਤੁਹਾਨੂੰ ਇਹ ਪ੍ਰੋਡਕਟ ਤੋਂ ਪੂਰੀ ਸੰਤੁਸ਼ਟੀ ਹੈ ਜੀ? ਹਾਂ ਜੀ। ਤੁਸੀਂ ਅੱਗੇ ਜ਼ਿਮੀਂਦਾਰਾਂ ਨੂੰ ਕੀ ਸੁਝਾਅ ਦੇਣਾ ਚਾਹੁੰਦੇ? ਅੱਗੇ ਇਹੀ ਕਹਾਂਗੇ ਜੀ, ਬਸ ਇਹ ਚੀਜ਼ ਵਰਤੋ। ਠੀਕ ਹੈ ਜੀ। ਤੁਹਾਨੂੰ ਵਧੀਆ ਰਿਜ਼ਲਟ ਮਿਲਿਆ? ਵਧੀਆ ਰਿਜ਼ਲਟ ਮਿਲਿਆ ਜੀ। ਠੀਕ ਹੈ। ਇੰਨੀਆਂ ਗੱਲਾਂ ਕਰ।